ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਰਬੱਤ ਦੇ ਭੱਲੇ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਸਮੂਹ ਦਰਸ਼ਕਾਂ ਨੂੰ ਜੀ ਆਖਦੇ ਹਾਂ ਅਤੇ ਅਸੀਂ ਆਪਣੇ ਵਿਚਾਰ ਨੂੰ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਅਸੀਂ ਆਪਣੇ ਵਿਚਾਰ ਪਿਛਲੇ ਪ੍ਰੋਗਰਾਮ ਦੇ ਵਿੱਚ ਛੱਡੀ ਸੀ। ਅਸੀਂ ਗੁਰੂ ਰਾਮਦਾਸ ਜੀ ਮਹਾਰਾਜ ਵੱਲੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ 'ਤੇ ਵਿਚਾਰ ਕਰ ਰਹੇ ਹਾਂ ਅਤੇ ਪਹਿਲੀ ਲਾਭ ਦੀ ਵਿਚਾਰ ਅਸੀਂ ਕੀਤੀ ਸੀ ਪਿਛਲੇ ਵਾਰੀ। ਹੁਣ ਅਸੀਂ ਦੂਜੀ ਲਾਭ ਦੀ ਵਿਚਾਰ ਕਰਾਂਗੇ। ਗੁਰੂ ਪਾਤਸ਼ਾਹ ਫਰਮਾਉਂਦੇ ਆ ਕਿ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਪਤੀ ਪਰਮਾਤਮਾ ਦੇ ਨਾਲ ਇਸ ਜੀਵ ਇਸਤਰੀ ਦੀ ਦੂਜੀ ਲਾਭ, ਹੇ ਮੇਰੇ ਰਾਮ ਜੀ ਮੈਂ ਤੇਤੋਂ ਸਦਕੇ ਹਾਂ, ਉਹ ਹੈ ਸਤਿਪੁਰਖ ਸਤਿਗੁਰੂ ਭਾਵ ਪੂਰਨ ਗੁਰੂ ਦਾ ਮਹਾਂਪੁਰਸ਼ ਦਾ ਮਿਲਾਪ। ਸੋ ਅੱਜ ਦੀ ਵਿਚਾਰ ਚਰਚਾ ਵਿੱਚ ਸਾਡੇ ਨਾਲ ਸ਼ਾਮਿਲ ਹਨ ਗਿਆਨੀ ਸੰਤੋਖ ਸਿੰਘ ਜੀ। ਸੋ ਆਓ ਅਸੀਂ ਆਪਣੇ ਵਿਚਾਰ ਨੂੰ ਅਗਾਂਹ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਜਿਹੜੀ ਦੂਜੀ ਲਾਭ ਇਸ ਜੀਵ ਇਸਤਰੀ ਦੀ ਪਤੀ ਪਰਮਾਤਮਾ ਦੇ ਨਾਲ ਮਹਾਰਾਜ ਸਾਨੂੰ ਦੱਸ ਰਹੇ ਆ, ਹਾਂਜੀ, ਉਹ ਹੈ ਸਤਿਗੁਰ ਪੁਰਖ ਦਾ ਮਿਲਾਪ ਜੀ। ਹੁਣ ਪੂਰਾ ਗੁਰੂ ਮਹਾਂਪੁਰਸ਼ ਜਿਹੜਾ ਆ ਉਹਦੇ ਮਿਲਾਪ ਦੀ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਆ ਜੀ ਜੀ, ਅਤੇ ਉਹ ਤੋਂ ਬਿਨਾਂ ਜਾਣੀ ਕਿ ਇਸ ਜੀਵ ਇਸਤਰੀ ਦਾ ਜਿਹੜਾ ਆਨੰਦ ਕਾਰਜ ਆ ਉਹ ਹੋਣਾ ਅਸੰਭਵ ਆ। ਬਿਲਕੁਲ। ਹੁਣ ਤੁਸੀਂ ਥੋੜ੍ਹੇ ਜਿਹੇ ਇਹਦੇ ਉੱਤੇ ਚਾਨਣਾ ਪਾਓ ਕਿ ਦੇਖੋ ਹੁਣ ਦੁਨੀਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਗੁਰੂ ਬਣ ਕੇ ਬੈਠੇ ਆ। ਹਾਂਜੀ, ਆਪਣੇ ਆਪ ਨੂੰ ਦੱਸ ਰਿਹਾ ਪਿਆ ਸੀ ਵੀ ਇੱਦਾਂ ਕੰਮ ਕਰਾਉਂਦੇ ਹਾਂ। ਉਹ ਸਾਰੇ ਕਹਿ ਰਹੇ ਅਸੀਂ ਪੂਰੇ ਹਾਂ। ਪੂਰੇ ਹਾਂ, ਬਿਲਕੁਲ ਹੈਨੀ। ਅਤੇ ਹੁਣ ਪੂਰਾ ਗੁਰੂ ਹੁੰਦਾ ਕੌਣ ਆ ਜੀ, ਅਤੇ ਸਿੱਖ ਦਾ ਪੂਰਾ ਗੁਰੂ ਕਿਹੜਾ ਆ ਜੀ, ਅਤੇ ਉਹਦੀ ਲੋੜ ਕਿਉਂ ਆ ਉਹਦੇ ਬਾਰੇ ਜੀ। ਜਿਸ ਹਿਸਾਬ ਨਾਲ ਤੁਸੀਂ ਗੱਲ, ਆਪਾਂ ਇਸ ਅੱਗੇ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਸਿੱਖ ਦਾ ਗੁਰੂ ਗੁਰੂ ਗ੍ਰੰਥ ਅਤੇ ਗੁਰੂ ਪੰਥ ਆ, ਪਰ ਫਿਰ ਡਿਟੇਲ ਦੇ ਵਿੱਚ ਆਪਾਂ ਇਹ ਗੱਲ ਨੂੰ ਥੋੜ੍ਹਾ ਜਿਹਾ, ਕਿਉਂਕਿ ਜਦੋਂ ਜਦੋਂ ਕੋਈ ਨਾ ਕੋਈ ਜਿਹੜਾ ਸਿਧਾਂਤ ਸਾਹਮਣੇ ਆਉਂਦਾ ਅਤੇ ਨਾਲ ਨਾਲ ਸਾਨੂੰ ਉਹਦੀ ਵੀ ਗੱਲਬਾਤ ਕਰ ਦੇਣੀ ਰਹਿਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਹੁਣ ਇੱਥੇ ਆਇਆ ਦੂਜੀ ਲਾਮ, ਮਤਲਬ ਜਿਹੜਾ ਪਹਿਲੀ ਲਾਮ ਦੇ ਵਿੱਚ ਤਾਂ ਸੀਗਾ ਜੀਵ ਦੇ ਜਿਹੜਾ ਅੰਦਰ ਸਿਮਰਨ ਜਿਹੜੀ ਆ ਉਹਨੂੰ ਯਾਦ ਆਉਣ ਦੇ ਲਈ ਪ੍ਰੇਰਣਾ ਕੀਤੀ। ਹੁਣ ਜਦੋਂ ਯਾਦ ਚੱਲ ਪਈ ਆ, ਉਹ ਯਾਦ ਚੱਲਣ ਦੇ ਨਾਲ ਫਿਰ ਉਹਦੇ ਅੰਦਰ ਇੱਕ ਤਾਂਗ ਜਿਹੀ ਬਣੀ ਆ ਵੀ ਹਜੇ ਮੇਰੇ ਅੰਦਰ ਕਲੈਰਿਟੀ ਨਹੀਂ ਆ ਰਹੀ। ਉਹ ਸਿਮਰਨ ਚੱਲਦਾ ਆ, ਬੰਦ ਹੋ ਜਾਂਦਾ ਹੈ, ਚੱਲਦਾ ਬੰਦ ਹੋ ਜਾਂਦਾ, ਕਦੇ ਮਾਇਆ ਦਾ ਪ੍ਰਭਾਵ ਆ ਜਾਂਦਾ ਅਤੇ ਕਦੇ ਮਤਲਬ ਆਤਮਕ ਗੁਣਾਂ ਦਾ ਆਉਂਦਾ। ਹੁਣ ਉਹ ਜਿਹੜਾ ਰਿਐਲਿਟੀ ਦੇ ਵਿੱਚ ਲਿਆਉਣ ਦੇ ਲਈ ਹੁਣ ਦੂਜੀ ਲਾਮ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕਿਹਾ ਵੀ ਸਤਿਗੁਰ ਪੁਰਖ ਮਿਲਾਇਆ। ਹੁਣ ਸਤਿਗੁਰ ਪੁਰਖ ਕੌਣ ਆ ਇਹਦੇ ਵਿੱਚ ਆਪਾਂ ਨੂੰ ਕੋਈ ਦੋ ਰਾਏ ਨਹੀਂ ਕਿ ਗੁਰੂ ਸਾਹਿਬ ਜੀ ਨੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ, ਸਭ ਮੇ ਰਹਿ ਸਮਾਏ। ਜਾਂ ਅਸੀਂ ਇਹ ਕਹਿ ਦਈਏ ਕਿ ਤਤ ਨਿਰੰਜਨ ਜੋਤ ਸਵਾਏ ਸੋਹੰਗ ਭੇਦ ਨਾ ਕਾਈ ਜੀਓ, ਪਰਮ ਪਾਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਹੁਣ ਪੁਰਖ ਦੇ ਨਾਲ ਜਿਹੜਾ ਸੱਤ ਵਿਸ਼ੇਸ਼ਣ ਲੱਗ ਜਾਂਦਾ ਇਹ ਅਕਾਲ ਬੋਧ ਕੇ ਬਣ ਜਾਂਦੀ ਗੱਲ ਵੀ ਜਿਹੜਾ ਉਹ ਗਿਆਨ ਜਿਹਦੇ ਅੰਦਰ ਅਕਾਲ ਪੁਰਖ ਦੀ ਲਖਤਾ ਹੋਵੇ ਉਹ ਹੀ ਪੂਰਾ ਸਤਿਗੁਰੂ ਆ। ਹੁਣ ਪੂਰਾ ਸਤਿਗੁਰੂ ਸਿੱਖ ਦੇ ਲਈ ਗੁਰੂ ਗ੍ਰੰਥ ਅਤੇ ਗੁਰੂ ਪੰਥ ਇਹ ਸਾਡੇ ਸਾਹਮਣੇ ਸਿਧਾਂਤ ਦਿੱਤਾ ਹੈ, ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਕੋਈ ਬੈਠ ਸਕਦਾ ਨਾ ਕੋਈ ਉਹਦੇ ਬਰਾਬਰ ਗ੍ਰੰਥ ਦਾ ਪ੍ਰਕਾਸ਼ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗੁਰੂ ਦਾ ਸਿੱਖ ਦੇ ਲਈ ਕੋਈ ਸਤਿਕਾਰ ਨਹੀਂ ਗਾ। ਹੁਣ ਧਿਆਨ ਦੇ ਨਾਲ, ਕਿਉਂਕਿ ਇਹ ਜਿਹੜਾ ਅਕੀਦਾ ਆ ਇਹ ਸਿੱਖ ਨੂੰ ਗੁਰੂ ਖੁਦ ਦੇ ਕੇ ਗਿਆ ਆ, ਭਾਵ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਗੁਰੂ ਨੇ ਖੁਦ ਕਿਹਾ ਆ ਵੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਆ, ਸਿਰਫ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇਸੇ ਤਰੀਕੇ ਨਾਲ ਜਿਹੜੀ ਦੂਜੀ ਲਾਮ ਆ ਉਹਦੇ ਵਿੱਚ ਗੁਰੂ ਪੁਰਖ ਜਿਹੜਾ ਆ ਸਤਿ ਪੁਰਖ ਆ,
ਭਾਵ ਸੱਤ ਪੁਰਖ ਜਿਹਨੂੰ ਜਾਣਦੇ ਹਾਂ ਸਤਿਗੁਰ ਤਿਸਕਾ ਨਾਉ, ਅਸੀਂ ਸੁਖਮਨੀ ਸਾਹਿਬ ਦੇ ਵਿੱਚ ਵੀ ਇਹ ਗੱਲ ਦ੍ਰਿੜ ਕਰ ਆਏ ਹਾਂ ਵੀ ਸਤਿਗੁਰ ਦੀ ਜਿਹੜੀ ਡੈਫੀਨੇਸ਼ਨ ਆ ਉਹ ਆ ਵੀ ਜਿਹਨੇ ਸੱਤ ਪੁਰਖ ਨੂੰ ਜਾਣਿਆ ਜਿਹਦੇ ਅੰਦਰ ਸਰਬ ਵਿਆਪਕ ਪਰਮਾਤਮਾ ਵੱਸ ਰਿਹਾ ਪਰਿਪੂਰਨ ਆ, ਕਿਉਂਕਿ ਆਸਾ ਦੀ ਵਾਰ ਦੇ ਅੰਦਰ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਪਿਤਾ ਜੀ ਨੇ ਵੀ ਇਹ ਗੱਲ ਕਲੀਅਰ ਕੀਤੀ ਆ ਕਿ ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਇਆ, ਵਿੱਚ ਸਤਿਗੁਰ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਮਤਲਬ ਜੇ ਅਕਾਲ ਪੁਰਖ ਦੀ ਲਖਤਾ ਸੰਸਾਰ ਦੇ ਵਿੱਚ ਹੋਈ ਆ ਤਾਂ ਉਹ ਅਕਾਲ ਪੁਰਖ ਨੇ ਆਪਣਾ ਸਰੂਪ ਇੱਕ ਗੁਰੂ ਬਣਾਇਆ, ਗੁਰੂ ਦੇ ਥਰੂ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਰੀਪ੍ਰਜੈਂਟ ਕੀਤਾ। ਸੋ ਇਸ ਕਰਕੇ ਉਸੇ ਅਕੀਦੇ ਦੇ ਮੁਤਾਬਕ ਜਿਹੜੇ ਚੌਥੀ ਸਰੀਰ ਦੇ ਵਿੱਚ ਨਾਨਕ ਜੋਤ ਇਹ ਸਾਨੂੰ ਮੈਸੇਜ ਦੇ ਰਹੇ ਆ ਕਿ ਜਿਹੜਾ ਦੂਜੀ ਲਾਮ ਦੇ ਵਿੱਚ ਸਤਿਗੁਰ ਪੁਰਖ ਦਾ ਮਿਲਾਪ ਹੋਣਾ ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਭਗਤ ਨਾਮਦੇਵ ਜੀ ਨੇ ਜਿਹੜਾ ਸਤਿਗੁਰ ਦਾ ਮਿਲਾਪ ਆ ਜਦੋਂ ਉਹਨਾਂ ਨੇ ਇਸ ਮਿਲਾਪ ਦੀ ਗੱਲ ਕੀਤੀ ਆ ਤਾਂ ਬਹੁਤ ਵਿਲੱਖਣਤਾ ਦੇ ਨਾਲ ਆਤਮਕ ਰੰਗ ਕਰੰਗਿਆ ਗਿਆ। ਉਹਦੇ ਵਿੱਚ ਗੁਰੂ ਮਹਾਰਾਜ ਆਪਣੇ ਭਗਤ ਨਾਮਦੇਵ ਜੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦਾ ਸ਼ਬਦ ਦਰਜ ਆ ਇਹ ਕਿ ਅਨਮੜਿਆ ਮੰਦਲ ਵੱਜ ਬਿਨ ਸਾਵਨ ਕਨ ਹਰ ਗਾਜੇ, ਬਾਦਲ ਬਿਨ ਵਰਖਾ ਹੋਈ ਜੇ ਤੱਤ ਵਿਚਾਰੇ ਕੋਈ, ਮੋਕੋ ਮਿਲਿਆ ਰਾਮ ਸੁਨੇਹੀ ਜਿਸ ਮਿਲੀਏ ਦੇਸ ਦੇਹੀ, ਮਿਲ ਪਾਰਸ ਕੰਚਨ ਹੋਇਆ ਮੁੱਖ ਮਨਸਾ ਰਤਨ ਪਰੋਇਆ, ਹੋਰ ਅਨੇਕਾਂ ਸ਼ਬਦ ਆ, ਗੁਰਚੇਲੇ ਹੈ ਮਨ ਮਾਨਿਆ ਜਨ ਨਾਮੈ ਤੱਤ ਪਛਾਣਿਆ। ਮਤਲਬ ਇਹ ਗੁਰੂ ਦਾ ਮਿਲਾਪ ਆ, ਗੁਰੂ ਦੇ ਮਿਲਾਪ ਦੇ ਵਿੱਚ ਕਹਿੰਦੇ ਕੀ ਹੋਇਆ ਜਦੋਂ ਕਹਿੰਦੇ ਗੁਰੂ ਦਾ ਮਿਲਾਪ ਹੋਇਆ ਮੇਰੇ ਅੰਦਰ ਅਕਾਲ ਪੁਰਖ ਦੇ ਨਾਮ ਦਾ ਇੱਕ ਢੋਲ ਵੱਜਣ ਲੱਗ ਪਿਆ। ਜਦੋਂ ਢੋਲ ਵੱਜਣ ਲੱਗਾ ਉਹਦੇ ਅੰਦਰ ਉਹ ਢੋਲ ਦੇ ਵਿੱਚ ਜਿੱਦਾਂ ਛੋਟੇ ਮੋਟੇ ਖੜਾਕ ਸਾਨੂੰ ਸੁਣ ਦੇਣਗੇ, ਭਾਵੇਂ ਜਦੋਂ ਢੋਲ ਵੱਜਦਾ ਬੜਾ ਆਪਣੇ ਆਪ ਹੀ ਬੰਦੇ ਦਾ ਪੈਰ ਉੱਠਣ ਲੱਗ ਪੈਂਦਾ। ਇਸੇ ਤਰੀਕੇ ਨਾਲ ਕਿ ਜਦੋਂ ਢੋਲ ਨਾਮ ਦਾ ਵੱਜਦਾ ਅਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰੀ ਦੁਸ਼ਵਿਰਤੀਆਂ ਸੀ ਉਹ ਸਾਰੀਆਂ ਡਰੋਪ ਹੋ ਗਈਆਂ। ਹੁਣ ਦੂਜੀ ਗੱਲ ਜਦੋਂ ਇਹ ਗੁਰੂ ਦੇ ਮਿਲਾਪ ਦੀ ਗੱਲ ਆਈ ਹੈ ਵੀ ਗੁਰੂ ਦਾ ਮਿਲਾਪ ਹੋਣ ਦੇ ਨਾਲ ਸਿੱਖ ਦੇ ਜੀਵਨ ਦੇ ਵਿੱਚ ਆਹ ਕ੍ਰਾਂਤੀ ਹੋਣੀ ਹੈ ਕਿ ਇਹਦੀ ਜਿਹੜੀ ਪਾਪੀ ਵਿਰਤੀ ਆ ਜਿੱਦਾਂ ਪਹਿਲੀ ਲਾਮ ਦੇ ਵਿੱਚ ਦੱਸਿਆ ਸੀ ਉਸ ਗੱਲ ਨੂੰ ਦੁਬਾਰਾ ਅਸੀਂ ਫਿਰ ਰਿਫਰੈਸ਼ ਕਰ ਲੈਂਦੇ ਹਾਂ ਕਿ ਉਹਦੇ ਵਿੱਚ ਵੀ ਇੱਥੇ ਕਿਹਾ ਕਿ ਪਾਪ ਤਜਾਇਆ ਬਲਰਾਮ ਜੀ, ਉਹ ਇੱਥੇ ਆਣ ਕੇ ਫਿਰ ਜਿਹੜੀ ਇਹ ਪਾਪੀ ਵਿਰਤੀ ਆ ਉਹ ਵੀ ਡਰੋਪ ਹੋ ਗਈ ਆ, ਮਤਲਬ ਗੁਰੂ ਦੇ ਮਿਲਾਪ ਦੇ ਨਾਲ। ਹੁਣ ਜੇ ਹਿਸਾਬ ਨਾਲ ਗੱਲ ਕਰਦੇ ਸੀਗੇ ਵੀ ਸਿੱਖ ਦਾ ਪੰਥ ਸਿੱਖ ਦਾ ਗੁਰੂ ਜਿਹੜਾ ਆ ਗੁਰੂ ਗ੍ਰੰਥ ਅਤੇ ਗੁਰੂ ਪੰਥ, ਗੁਰੂ ਗ੍ਰੰਥ ਅਤੇ ਗੁਰੂ ਪੰਥ ਇਹ ਗੱਲ ਇੱਕ ਦੇ ਹੀ ਦੋ ਪੱਖ ਆ। ਮਤਲਬ ਜਿਹੜਾ ਸ਼ਬਦ ਆ ਉਹਦੇ ਦੁਆਰਾ ਦਰਸਾਇਆ ਗਿਆ ਜਿਹੜਾ ਵੇਹ ਆ ਉਹ ਹੀ ਪੰਥ ਆ, ਉਸ ਪੰਥ 'ਤੇ ਚੱਲਣ ਵਾਲਾ ਹੀ ਗੁਰੂ ਪੰਥ ਹੀ ਹੁੰਦਾ। ਸੋ ਗੁਰੂ ਦਾ ਪੰਥ ਕੀ ਆ ਕਿ ਨਾਮ ਸਿਮਰਨ ਜਿਹੜਾ ਕਰਕੇ ਆਪਣੇ ਜੀਵਨ ਦੇ ਵਿੱਚ ਆਪਣੇ ਜਿਹੜੀਆਂ ਦੁਸ਼ ਕਰਮ ਆ ਉਹਨਾਂ ਤੋਂ ਨਿਪਟਾਰਾ ਕਰਨਾ। ਮਤਲਬ ਨਾਮ ਨਿਰੰਜਨ ਨਾਲ ਹੈ ਕਿ ਪਾਈਏ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਸੋ ਇਸ ਤਰੀਕੇ ਨਾਲ ਜਿਹੜਾ ਇਹ ਗੁਰੂ ਦਾ ਮਿਲਾਪ ਆ ਸਿੱਖ ਨੂੰ ਇਹ ਕਰਨਾ ਪੈਣਾ, ਕਰਨ ਤੋਂ ਬਗੈਰ, ਕਿਉਂਕਿ ਜਿਹੜਾ ਪਿੱਛੇ ਕੰਮ ਆਰੰਭਿਆ ਸੀ ਉਹਦੇ ਵਿੱਚ ਪੂਰਨਤਾ ਨਹੀਂ ਮਿਲਣੀ, ਕਿਉਂਕਿ ਪੂਰਨਤਾ ਗੁਰੂ ਨੇ ਹੀ ਦੇਣੀ ਆ। ਸੰਸਾਰ ਦੇ ਵਿੱਚ ਜਦੋਂ ਦੇ ਕੋਈ ਵੀ ਜੀਵ ਬੋਰਨ ਹੁੰਦਾ ਉਹ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਦੀ ਅਗਵਾਈ ਲੈ ਕੇ ਤੁਰਦਾ, ਭਾਵ ਵਟ ਐਵਰ ਉਹ ਕੋਈ ਫਿਜ਼ੀਕਲ ਰਿਲੇਸ਼ਨ ਹੋਵੇ ਵਟ ਐਵਰ ਜਾਂ ਕੋਈ ਵੀ ਆ। ਇਸੇ ਤਰੀਕੇ ਨਾਲ ਸਿੱਖ ਦੇ ਲਈ ਜਿਹੜਾ ਜਿਹਦੀ ਅਗਵਾਈ ਲੈਣੀ ਆ ਉਹ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਹੀ ਅਸੀਂ ਇਹ ਅਗਵਾਈ ਲੈ ਕੇ ਆਪਣੇ ਜੀਵਨ ਦੇ ਵਿੱਚ ਇਹ ਆਪਣੀਆਂ ਜਿਹੜੀਆਂ ਅਧੂਰੀਆਂ ਕਾਮਨਾਵਾਂ ਆ ਸਾਡੇ ਅਧੂਰੇ ਖਿਆਲ ਬਣਦੇ ਆ ਅਧੂਰਾ ਇਮੋਸ਼ਨ ਆ, ਮਤਲਬ ਅਸੀਂ ਅੰਦਰੋਂ ਹਉਮੈ ਦੇ ਵਿੱਚ ਪੂਰੇ ਗਲਤਾਨ ਹੋਇਓ ਹਾਂ, ਉਹਦਾ ਟ੍ਰੀਟਮੈਂਟ ਕੇਵਲ ਅਤੇ ਕੇਵਲ ਗੁਰਬਾਣੀ ਸ਼ਬਦ ਦੇ ਨਾਲ ਹੀ ਕੀਤਾ ਜਾ ਸਕਦਾ। ਹੁਣ ਇੱਥੇ ਹੈਗੇ ਨਹੀਂ ਜੀ, ਜਿਹੜਾ ਗੁਰੂ ਸਿੱਖ ਧਰਮ ਦਾ ਜਿਹੜਾ ਗੁਰੂ ਆ ਨਾ, ਹਾਂਜੀ, ਹੁਣ ਗੁਰੂ ਅਕਾਲ ਪੁਰਖ ਨੂੰ ਵੀ ਬਾਣੀ ਵਿੱਚ ਮਹਾਰਾਜ ਨੇ ਆਦਿ ਗੁਰੂ ਕਿਹਾ। ਬਿਲਕੁਲ, ਬਾਵਾ ਬਾਣੀ ਨਿਰੰਕਾਰ ਤੇ ਸਜੀਵ ਡਵਰਨ ਕੋਈ ਜੀ। ਅਸਲ ਵਿੱਚ ਬੁਨਿਆਦੀ ਤੌਰ 'ਤੇ ਤਾਂ ਪਹਿਲਾ ਗੁਰੂ ਜਿਹੜਾ ਆ ਅਕਾਲ ਪੁਰਖ ਉਹ ਹੀ ਆ। ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਇਹ ਬਾਣੀ ਜੋ ਜੀਓ ਜਾਣੇ ਤਾਂ ਅੰਤਰ ਅਵੈ ਹਰਨਾਮਾ, ਜਾਂ ਇਹਨੂੰ ਇੱਦਾਂ ਕਹਿ ਲਈਏ ਕਿ ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਉਸ ਗੁਰੂ ਦੀ ਗੱਲ ਹੈ। ਹੁਣ ਦੇਖੋ ਸਤਿਗੁਰ ਬਚਨ, ਬਚਨ ਹੈ ਸਤਿਗੁਰ ਜੀ ਜੀ। ਹੁਣ ਜੇ ਅਕਾਲ ਪੁਰਖ ਗੁਰੂ ਆ, ਹਾਂ, ਉਹਦੇ ਜਿਹੜੇ ਬਚਨ ਆ, ਮਤਲਬ ਅਕਾਲ ਪੁਰਖ ਜੇ ਆਪ ਆਤਮਕਤਾ ਆ ਉਹਨੇ ਆਪਣੇ ਆਪ ਨੂੰ ਸਟ੍ਰੈਸ ਸ਼ਬਦ ਦੇ ਵਿੱਚ ਹੀ ਕਰ ਦਿੱਤਾ। ਜੇ ਉਹਦੇ ਬਚਨ ਜਿਹੜੇ ਆ ਸਾਨੂੰ ਗੁਰੂ ਸਾਹਿਬਾਨਾਂ ਰਾਹੀਂ ਇੱਥੇ ਪ੍ਰਾਪਤ ਹੋਏ ਜੀ ਜੀ ਜੀ, ਉਹ ਹੁਣ ਬੁਨਿਆਦੀ ਤੌਰ ਦੇ ਉੱਤੇ ਅਕਾਲ ਪੁਰਖ ਦੇ ਹੀ ਬਚਨ ਆ ਜਾਂ ਉਹੀ ਸਤਿਗੁਰੂ? ਬਿਲਕੁਲ, ਕਿਉਂਕਿ ਐਟ ਏ ਟਾਈਮ ਦੇ ਉੱਤੇ ਜਦੋਂ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਨਾ ਕਿ ਬਾਕੀ ਜਿਹੜੇ ਆਪਣੇ ਜਿਨ੍ਹਾਂ ਦੀ ਫੇਥ ਆ ਉਹ ਵੀ ਗੱਲ ਕਰਦੇ ਆ ਕਿ ਸਾਡਾ ਹੀ ਗ੍ਰੰਥ ਕੰਪਲੀਟ ਆ ਜਾਂ ਸਾਡਾ ਹੀ ਗ੍ਰੰਥ ਕੰਪਲੀਟ ਆ,
ਹੁਣ ਆਮ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਖ ਲਈਏ ਤੇ ਬਾਕੀ ਸਾਰੇ ਗ੍ਰੰਥਾਂ ਦਾ ਪੱਖ ਲਈਏ ਜਿੰਨੇ ਸੰਸਾਰ ਦੇ ਵਿੱਚ ਸਟੈਬਲਿਸ਼ ਆ, ਉਹ ਕੋਈ ਵੀ ਗ੍ਰੰਥ ਜਿਹੜੇ ਉਹਨਾਂ ਦੇ ਪੈਗੰਬਰ ਆ ਉਹਨਾਂ ਦੇ ਹੈਂਡ ਰਾਈਟਰ ਨਹੀਂ ਗਏ, ਭਾਵ ਉਹਨਾਂ ਨੇ ਹੱਥੀਂ ਨਹੀਂ ਲਿਖੇ। ਜਿਹੜੇ ਵੇਦ ਆ ਉਹ ਕਿਸੇ ਹੋਰ ਨੇ ਆਚਾਰੇ ਆ ਅਤੇ ਕਿਸੇ ਹੋਰ ਨੇ ਲਿਖੇ ਆ। ਮਹਾਂਭਾਰਤ ਆ ਉਹ ਕਿਸੇ ਹੋਰ ਨੇ ਆਚਾਰਿਆ ਅਤੇ ਕਿਸੇ ਹੋਰ ਨੇ ਲਿਖਿਆ, ਮਤਲਬ ਨੋਟ ਐਟ ਏ ਟਾਈਮ। ਹੁਣ ਦੇਖਣ ਵਾਲੀ ਗੱਲ ਇਹ ਆ ਵੀ ਜਿਹੜਾ ਐਟ ਏ ਟਾਈਮ ਮੈਸੇਜ ਤੁਹਾਡੇ ਅੰਦਰ ਆ ਰਿਹਾ ਉਹ ਐਟ ਏ ਟਾਈਮ ਲੈਕ ਹੋ ਰਿਹਾ, ਉਹਦੀ ਤਾਂ ਗੱਲ ਹੈਗੀ ਆ ਕੁਛ ਹੋਰ, ਪਰ ਜਿਹੜਾ 250-300 ਸਾਲ ਬਾਅਦ ਜਿਹੜਾ ਗ੍ਰੰਥ ਲਿਖਿਆ ਗਿਆ ਉਹ ਵੀ ਲਿਖਿਆ ਆਸੇ ਪਾਸੇ ਤੋਂ, ਮਤਲਬ ਜਿਨ੍ਹਾਂ ਨੇ ਸੁਣਿਆ ਸੀ ਉਹਨਾਂ ਨੇ ਲਿਖ ਲਿਆ, ਉਹਨਾਂ ਦੀ ਸਹਾਇਤਾ ਦੇ ਨਾਲ ਫਿਰ ਇਕੱਠਾ ਕਰਕੇ ਇੱਕ ਗ੍ਰੰਥ ਬਣਾ ਦਿੱਤਾ। ਬਟ ਐਵਰ ਉਹ ਕੋਈ ਵੀ ਗ੍ਰੰਥ ਹੋਵੇ ਜਿਹੜੇ 250-300 ਸਾਲ ਬਾਅਦ ਲਿਖਿਆ ਗਿਆ, ਕਿਉਂਕਿ ਸਾਨੂੰ ਜੇ ਮਾਨਸਿਕਤਾ ਦੇ ਵਿੱਚ ਅਸੀਂ ਜਾਈਏ, ਜੇ ਮੈਂ ਤੁਹਾਨੂੰ ਪੁੱਛਾਂ ਤੁਸੀਂ ਲਾਸਟ ਵੀਕ 12 ਵਜੇ ਸੰਡੇ ਵਾਲੇ ਦਿਨ ਕਿਹੜੀ ਦਾਲ ਨਾਲ ਰੋਟੀ ਖਾਧੀ ਸੀ, ਤੁਹਾਨੂੰ ਨਹੀਂ ਪਤਾ ਲੱਗਣਾ। ਸਾਡੀ ਜਿਹੜੀ ਬੈਕ ਮੈਮਰੀ ਆ ਉਹ ਇੰਨੀ ਗਈ ਆ, ਜੇ ਅਸੀਂ ਇੱਦਾਂ ਪਿੱਛੇ ਨੂੰ ਜਾਣ ਲੱਗ ਪਈ ਇਹ ਪਏ ਅਸੀਂ ਆਪਣਾ ਚੇਤਾ ਰੱਖੀਏ, ਕਿਉਂਕਿ ਸਾਨੂੰ ਆਪਣੇ ਰੂਟੀਨ ਦੇ ਕੰਮ ਨਹੀਂ ਚੇਤੇ ਰਹਿੰਦੇ ਦਿਹਾੜੀ ਦੇ ਵਿੱਚ। ਸੋ ਜਿਹੜੀ 250 ਸਾਲ ਬਾਅਦ ਗੱਲ ਜਿਹੜੀ ਕਹਿਣੀ ਆ ਵੀ ਮੈਂ ਉਹ ਲਿਖੀ ਸੀ ਉਦੋਂ ਉਹਨੇ ਕਹੀ ਸੀ, ਸੋ ਉਹਦੇ ਵਿੱਚ ਕਿਤਨੀ ਕੁ ਸੱਚਾਈ ਆ ਇਹ ਹਰੇਕ ਜੀਵ ਆਪਣੇ ਆਪ ਐਨੈਲਜੀ ਕਰ ਸਕਦਾ। ਹੁਣ ਦੇਖੋ ਕਈ ਗਿਆਨੀ ਜੀ ਕਹਿੰਦੇ ਆ ਵੀ ਜਿਹੜਾ ਪੰਥ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਦੇ ਅਰਥ ਆ ਜੀ ਰਸਤਾ ਜੀ ਜੀ ਬਈ ਤੁਸੀਂ ਜਿਹੜਾ ਪੰਥ ਆ ਉਹ ਜਿਹੜੇ ਉਸ ਰਸਤੇ 'ਤੇ ਤੁਰਨ ਵਾਲੇ ਜਿਹੜੇ ਪ੍ਰਾਣੀ ਆ ਜੀ ਜੀ ਉਹਨਾਂ ਦੇ ਸਮੂਹ ਨੂੰ ਕਾਹਤੇ ਕਹਿੰਦੇ? ਉਹ ਗੱਲ ਇਹ ਹੁੰਦੀ ਆ ਵੀ ਜਿਹੜੇ ਉਸ ਇਕੱਠ ਦੇ ਵਿੱਚ ਜਿਹੜੇ ਜਿਸ ਰਸਤੇ 'ਤੇ ਅਸੀਂ ਤੁਰ ਪਏ ਹਾਂ, ਕਿਉਂਕਿ ਜਿਸ ਮਾਰਗ 'ਤੇ ਅਸੀਂ ਜਾ ਰਹੇ ਹਾਂ, ਕਿਉਂਕਿ ਜੈ ਮਾਰਗ ਪੰਡਿਤ ਗਏ ਪਾਛੇ ਭਰੀ ਵੀਰ, ਉਹਨਾਂ ਦਾ ਉਹ ਮਾਰਗ ਸੀ, ਪਰ ਇੱਕ ਔਘਟ ਘਾਟੀ ਰਾਮ ਕੀ ਤਹਿ ਚੜ੍ਹ ਰਹੇ ਹੋ ਕਬੀਰ। ਹੁਣ ਜਿਹੜੀ ਔਖੀ ਘਾਟੀ ਰਾਮ ਵਾਲੀ ਚੜ੍ਹਨ ਦੀ ਆ ਉੱਥੇ ਕਬੀਰ ਜਾ ਰਿਹਾ, ਅਤੇ ਜਿਹੜੇ ਕਬੀਰ ਦੇ ਪਿੱਛੇ ਜਾਣ ਵਾਲੇ ਆ ਫਿਰ ਉਸ ਰਾਮ ਦੇ ਜਿਹੜਾ ਰਾਮ ਦਾ ਮਾਰਗ ਆ ਫਿਰ ਉਹਦੇ ਜਾਣ ਵਾਲੇ ਉਹ ਪੰਥੀ ਹੋਣਗੇ। ਸੋ ਇਸੇ ਤਰੀਕ ਦੇ ਨਾਲ ਜੇ ਅਸੀਂ ਧਿਆਨ ਨਾਲ ਗੱਲ ਸਮਝ ਲਈਏ, ਜੇ ਪੰਥ ਆ ਰਸਤਾ ਆ ਉਸ ਰਸਤੇ 'ਤੇ ਤੁਰਨ ਵਾਲੇ ਜਿੰਨੇ ਸਾਰੇ ਆ, ਭਾਵ ਉਹਨਾਂ ਦੀ ਕਿਸੇ ਦੀ ਲਿਮਿਟੇਸ਼ਨ ਘੱਟ ਆ ਕਿਸੇ ਦੀ ਘੱਟ ਆ, ਪਰ ਤੁਰੇ ਜ਼ਰੂਰ ਆ ਜਿਸ ਰਸਤੇ 'ਤੇ ਤੁਰੇ ਹੋ, ਇਸ ਕਰਕੇ ਉਹ ਗੁਰੂ ਪੰਥੀ ਆ। ਹੁਣ ਦੇਖੋ ਕਿ ਇੱਕ ਬਾਣੀ ਵਿੱਚ ਭਾਈ ਗੁਰਦਾਸ ਜੀ ਨੂੰ ਜਿਸ ਵੇਲੇ ਪੁੱਛਿਆ ਨਾ ਜੀ ਜੀ ਸਿੱਧਾ ਨਾ ਬਈ ਤੇਰਾ ਤੂੰ ਕਿਹੜੀ ਅਗਵਾਈ ਵਿੱਚ ਤੁਰਦਾ ਜੀ ਜੀ, ਤਾਂ ਗੁਰੂ ਪਾਤਸ਼ਾਹ ਨੇ ਉੱਥੇ ਜਿਹੜਾ ਜਵਾਬ ਦਿੱਤਾ ਕਿ ਸ਼ਬਦ ਸਾਧ ਸੰਗਤ ਬਿਨ ਜੀ ਦੂਜੀ ਓਟ ਨਹੀਂ ਹੈ ਰਾਈ ਰਾਈ, ਬਿਲਕੁਲ ਬਿਲਕੁਲ ਜੀ। ਅਤੇ ਇੱਕ ਜਿਹੜਾ ਹੈਗਾ ਸ਼ਬਦ ਸ਼ਬਦ ਅਤੇ ਦੂਜਾ ਸਾਧ ਸੰਗਤ ਜਾਂ ਜਿਹੜੇ ਉਸ ਸ਼ਬਦ 'ਤੇ ਚੱਲਣ ਵਾਲੇ ਜਿਹੜੇ ਚੱਲਣ ਵਾਲੇ ਆ ਉਹਨਾਂ ਦੀ ਅਗਵਾਈ ਵਿੱਚ ਮੈਂ ਤੁਰਦਾ, ਬਿਲਕੁਲ। ਇਸ ਕਰਕੇ ਸਾਨੂੰ ਜਿਸ ਵੇਲੇ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ, ਇਹਦਾ ਮਤਲਬ ਆ ਬਣ ਜਾਂਦਾ ਉਹ ਗੁਰੂ ਦੇ ਅਕੀਦੇ ਅਨੁਸਾਰ ਆ, ਜਿਹੜਾ ਗੁਰੂ ਦੇ ਅਕੀਦੇ ਅਨੁਸਾਰ ਜਿਹੜੇ ਤਾਂ ਉਸ ਪੰਥ 'ਤੇ ਨਿਪੁੰਨ ਹੋ ਗਏ ਉਹਨਾਂ ਦੀ ਅਗਵਾਈ ਲੈ ਕੇ, ਹੁਣ ਜਿਹੜੇ ਅਧੂਰੇ ਆ ਹਜੇ ਜਿਹਨਾਂ ਨੇ ਪੂਰੇ ਨਹੀਂ, ਕਿਉਂਕਿ ਬਾਣੀ ਦੇ ਵਿੱਚ ਵਾਰ ਵਾਰ ਸਤਸੰਗਤ ਕੈਸੀ ਜਾਣ, ਸਤਸੰਗਤ ਦੀ ਜਿਹੜੀ ਆ ਮਹਾਨਤਾ ਦਰਸਾਈ ਗਈ ਆ, ਸਾਧ ਸੰਗਤ ਦੀ ਗੁਰੂ ਦੀ ਸੰਗਤ ਦੀ ਮਹਾਨਤਾ ਜਿਹੜੀ ਦਰਸਾਈ ਗਈ ਆ, ਕਾਹਤੇ ਦਰਸਾਈ ਗਈ ਆ? ਕਿਉਂਕਿ ਇਸ ਰਸਤੇ 'ਤੇ ਤੁਰੇ ਹਾਂ ਪਰ ਹਜੇ ਪ੍ਰਾਪਤੀ ਨਹੀਂ ਹੋਈ। ਜਿਹੜੇ ਤੁਰੇ ਆ ਉਹਨਾਂ ਨੂੰ ਇਹ ਪੱਕਾ ਸੈਕਸ਼ਨ ਲੱਗਾ ਆ ਵੀ ਬਿਨਾਂ ਸਤਸੰਗ ਤੋਂ ਬਿਨਾਂ ਗੁਰੂ ਦੀ ਸੰਗਤ ਤੋਂ ਹਜੇ ਸਾਡੇ ਕਰਮ ਦੇ ਵਿੱਚ ਕਲੈਰਿਟੀ ਨਹੀਂ ਆਈ। ਹੁਣ ਦੇਖੋ ਗੁਰਸੰਗਤ ਬਾਣੀ ਬਿਨਾਂ ਹਾਂ ਦੂਜੀ ਓਟ ਨਹੀਂ ਹੈ, ਬਿਲਕੁਲ। ਭਾਵ ਉਸ ਗੁਰੂ ਅਕਾਲ ਪੁਰਖ ਦੀ ਜਿਹੜੀ ਬੰਦੇ ਤੁਰਦੇ ਆ ਉਹਨਾਂ ਦੀ ਸੰਗਤ ਕਰਦੇ ਆ ਜੀ ਜੀ ਜੀ, ਸ਼ਬਦ ਦੀ ਸੰਗਤ ਕਰਦੇ ਆ ਅਤੇ ਜਿਹੜੀ ਉਹਦੀ ਬਾਣੀ ਆ ਜੀ ਜੀ ਉਹਦੀ ਓਟ ਤੋਂ ਬਿਨਾਂ ਮੇਰੀ ਹੋਰ ਕਿਸੇ ਦੀ ਜਾਣੀ ਕਿ ਮੈਂ ਗੱਲ ਕਲੀਅਰ ਹੋ ਗਈ। ਭਾਵ ਜਿਹੜਾ ਸ਼ਬਦ ਦੀ ਅਗਵਾਈ ਹੀ ਹੈ, ਸ਼ਬਦ ਦੀ ਅਗਵਾਈ ਉਸ ਤਰ੍ਹਾਂ ਲੈਣੀ ਹੈ ਜਿਹੜੇ ਜਿਹਨਾਂ ਜਗਵਾਸ ਜਿਹੜੇ ਜਗਿਆਸੂ ਆ ਜਿਹੜੇ ਸਿੱਖ ਆ ਜਿਨ੍ਹਾਂ ਨੇ ਉਹਦੇ ਵਿੱਚ ਚੱਲ ਕੇ ਨਿਪੁੰਨਤਾ ਦੇ ਨਾਲ ਖਾਲਸਾਈ ਪਦਵੀ ਪ੍ਰਾਪਤ ਕਰ ਲਈ ਆ, ਉਹ ਹੁਣ ਗੁਰੂ ਦੇ ਵਰਗੇ ਬਣ ਗਏ, ਭਾਵ ਗੁਰੂ ਦੇ ਅਨੁਸਾਰ ਚੱਲ ਰਹੇ ਆ, ਉਹ ਗੁਰੂ ਤੋਂ ਇੱਕ ਪੈਰ ਵੀ ਉਲਟ ਨਹੀਂ ਤੁਰਦੇ। ਹੁਣ ਜਦੋਂ ਉਹਨਾਂ ਨੇ ਗੁਰਬਾਣੀ ਦੀ ਗੱਲ ਦੱਸਣੀ ਆ ਤਾਂ ਉਸ ਉਹਦੇ ਉੱਤੇ ਹਰੇਕ ਸਿੱਖ ਦਾ ਅਕੀਦਾ ਆਉਂਦਾ, ਭਾਵ ਥੋੜ੍ਹਾ ਪੰਥ ਆ ਅਲਟੀਮੇਟਲੀ ਆਪਾਂ ਕਹਿ ਦਿੱਤਾ ਕਿ ਉਹ ਰਸਤਾ ਆ, ਰਸਤੇ ਦੇ ਉੱਤੇ ਤੁਰਨ ਵਾਲਾ ਹੀ ਗੁਰੂ ਪੰਥੀ ਆ, ਮਤਲਬ ਉਹ ਪੰਥ ਦੇ ਵਿੱਚ ਤੁਰਨ ਵਾਲੇ ਹਰੇਕ ਦਾ ਜੀਵਨ ਥੋੜ੍ਹਾ ਜਿਹਾ ਵੱਖਰਾ ਹੋ ਸਕਦਾ ਕਰਕੇ ਹਜੇ ਪ੍ਰਾਪਤੀ ਨਹੀਂ ਹੋਈ, ਪਰ ਜਦੋਂ ਖਾਲਸੇ ਦੀ ਖਾਲਸਾ ਪਦਵੀ ਦੀ ਪ੍ਰਾਪਤੀ ਹੋ ਗਈ ਉੱਥੇ ਜਾ ਕੇ ਉਹ ਸਾਰੇ ਭਾਈ ਭਰਾ ਹੀ ਬਣ ਗਏ।
ਭਾਵ ਇੱਕ ਤਾਂ ਪੰਥ 'ਤੇ ਤੁਰਨ ਵਾਲੇ ਵੀ ਸਾਰੇ ਇੱਕੋ ਜਿਹੇ ਆ ਇੱਕ ਸਾਇਕੀ ਦੇ ਵਿੱਚ, ਪਰ ਦੂਜੇ ਪਾਸੇ ਜਦੋਂ ਪ੍ਰਾਪਤੀ ਹੋ ਗਈ ਉਹਨਾਂ ਨੇ ਤਾਂ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ, ਕਿਉਂਕਿ ਜਿਹੜੇ ਵਿਚਾਰੇ ਹਜੇ ਮਾਤੜ ਮੇਰੇ ਤੇਰੇ ਵਰਗੇ ਜਿਹੜੇ ਤੁਰੇ ਜਾ ਰਹੇ ਆ ਉਹਨਾਂ ਨੂੰ ਹੋਲਡ ਕਰਕੇ ਲਿਜਾਣਾ ਤਾਂ ਉਹਨਾਂ ਨੇ ਹੀ ਆ ਵੀ ਭਾਈ ਇਸ ਰਸਤੇ ਤੱਕ ਪਹੁੰਚਣਾ। ਸੋ ਦੈਟਸ ਦਾ ਪ੍ਰੋਬਲਮ ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਨਾ ਵੀ ਅਸੀਂ ਜਿਹੜੀ ਆਮ ਜਿਹੜੇ ਕੋਮਨ ਸੈਂਸਲੀ ਲੋਕ ਜੀਵਨ ਸਧਾਰਨ ਅਕਲ ਵਿੱਚ ਜੀਂਦੇ ਆ, ਅਸੀਂ ਉਹਨਾਂ ਨੂੰ ਜਦੋਂ ਹੈ ਨਾ ਮਤਲਬ ਪੈਨ ਪੁਆਇੰਟ ਕਰਕੇ ਤੁਸੀਂ ਆਹ ਗਲਤ ਆ ਆਹ ਗਲਤ ਆ, ਪਰ ਜਦੋਂ ਤੁਸੀਂ ਉਹਨੂੰ ਸਾਰਾ ਕੁਛ ਖੋਈ ਜਾਂਦੇ ਆ ਜੋ ਕੁਛ ਉਹਨਾਂ ਦੇ ਕੋਲ ਹੈਗਾ ਉਹਦੇ ਵੱਟੇ ਅਸੀਂ ਦੇ ਕੁਛ ਨਹੀਂ ਰਹੇ, ਦੇਣਾ ਵੀ ਸਾਨੂੰ ਉਨਾ ਹੀ ਪੈਣਾ ਜਿੰਨਾ ਉਹਨਾਂ ਤੋਂ ਖੋਣਾ ਪੈਣਾ ਤਾਂ ਜਾ ਕੇ ਕਲੈਰਿਟੀ ਮਿਲਣੀ ਆ ਅਗਲੇ ਨੂੰ ਵੀ ਤਾਂ ਸਾਨੂੰ ਵੀ। ਅਸੀਂ ਇੱਦਾਂ ਨਹੀਂ ਕਹਿ ਸਕਦੇ ਵੀ ਜਿਹੜਾ ਉਹ ਕਰਦੇ ਆ ਅਸੀਂ ਉਹ ਕਹਿ ਜਾਈਏ ਇਹ ਵੀ ਗਲਤ ਆ ਆਹ ਵੀ ਗਲਤ ਆ ਆਹ ਵੀ ਗਲਤ ਆ, ਫਿਰ ਤੁਸੀਂ ਸਹੀ ਵੀ ਦਿਓ ਜਾਂ ਤਾਂ ਹੈ ਨਾ ਵੀ ਉਹਦੇ ਬਰਾਬਰ, ਫਿਰ ਤੁਹਾਨੂੰ ਲੁੱਕ ਆਫਟਰ ਵੀ ਕਰਨੀ ਪੈਣੀ ਆ, ਭਾਵ ਤੁਸੀਂ ਰਿਸਪੋਂਸੀਬਲ ਬਣੇ ਆ ਕਿ ਮੈਂ ਤੈਨੂੰ ਉੱਥੇ ਪਹੁੰਚਾ ਕੇ ਆਊਂਗਾ, ਜੇ ਤੂੰ ਉੱਥੇ ਪਹੁੰਚਾਉਣ ਵਾਲਾ ਆ ਫਿਰ ਤੈਨੂੰ ਉਸ ਬੰਦੇ ਦੀ ਰਿਸਪੋਂਸੀਬਿਲਟੀ ਲੈਣੀ ਪੈਣੀ ਆ ਕਰਕੇ ਉਹ ਤੇਰੇ ਅਕੀਦੇ ਅਨੁਸਾਰ ਤੁਰ ਰਿਹਾ। ਹੁਣ ਦੇਖੋ ਜੇ ਤਾਂ ਤੁਸੀਂ ਸਿਰਫ ਨਾ ਕਿਸੇ ਚੀਜ਼ ਨੂੰ ਕ੍ਰਿਟੀਸਾਈਜ਼ ਕਰਕੇ ਗੱਲਾਂ ਦੇ ਤੀਰੇ ਮਾਰੀ ਜਾਣੇ, ਤੁਸੀਂ ਉਹਨੂੰ ਸਿਰਫ ਖਤਮ ਕਰਦੇ ਆ ਜੀ ਜੀ, ਫਿਰ ਤਾਂ ਉਹਦਾ ਕੋਈ ਲਾਭ ਨਹੀਂ ਹੈ। ਨਹੀਂ ਉਹ ਆਪਣਾ ਵੀ ਮਨ ਛੱਲਣੀ ਆ ਤਾਂ ਅਗਲੇ ਦਾ ਵੀ ਹਿਰਦੇ ਦਾ ਛੱਲਣੀ ਹੁੰਦਾ, ਪਰ ਜੇ ਤੁਸੀਂ ਉਹਦੇ ਵਿੱਚ ਤੁਸੀਂ ਸਮਝਦੇ ਆ ਕੋਈ ਕਿਤਿਓਂ ਕੋਈ ਊਣਤਾਈ ਜਾਂ ਊਣਤਾਈ ਨਹੀਂ ਕਿਤਿਓਂ ਨਾ ਕੋਈ ਉਹਦੀ ਜਿਹੜੀ ਵਿਆਖਿਆ ਦਾ ਪੱਖ ਜਿਹੜਾ ਆ ਜੀ ਜੀ ਉਹਦੇ ਵਿੱਚ ਅਜੇ ਉਹਨੂੰ ਕਲੈਰਿਟੀ ਨਹੀਂ ਮਿਲੀ ਉਜਾਗਰ ਕਰਨ ਦੇ ਲਈ ਤੁਸੀਂ ਹੈਲਪ ਕਰਨੀ, ਤਾਂ ਤੁਸੀਂ ਉਹਦੇ ਬਾਰੇ ਸੋਚ ਕੇ ਉਹਨੂੰ ਉਜਾਗਰ ਕਰੋ, ਬਿਲਕੁਲ, ਨਾ ਕਿ ਉਸ ਸਿਧਾਂਤ ਨੂੰ ਤੁਸੀਂ ਖਤਮ ਕਰਨ ਉੱਤੇ ਤੁਰ ਪਵੋ। ਬਿਲਕੁਲ, ਜਿੱਦਾਂ ਅੱਜ ਪ੍ਰੈਜੈਂਟ ਟਾਈਮ ਦੇ ਵਿੱਚ ਜਿਹੜਾ ਇਹ ਕੋਨਸੈਪਟ ਆ ਨਾ ਜਿਹੜੇ ਇੱਦਾਂ ਦੇ ਜਿੱਦਾਂ ਕਹਿ ਦਈਏ ਜਿਹੜੇ ਡੰਮ ਗੁਰੂ ਆ ਜਾਂ ਜਿਨ੍ਹਾਂ ਨੇ ਆਪਣੇ ਆਪਣੀਆਂ ਮਰਿਆਦਾਵਾਂ ਬਣਾਈਆਂ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਗੁਰੂ ਪਦ ਨੂੰ ਛੇਦਣ 'ਤੇ ਲੱਗੇ ਹੋ ਆ ਵੀ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਵੀ ਇਹ ਪਦ ਕੱਢ ਦਿੱਤਾ ਜਾਵੇ। ਹੁਣ ਬਹੁਤੇ ਦੇਖੋ ਜਿਹੜੇ ਅੱਜ ਕੱਲ੍ਹ ਦੇ ਨਵੀਨ ਵਿਦਵਾਨ ਬਣਨਾ ਚਾਹੁੰਦੇ ਆ ਜਾਂ ਉਹਨਾਂ ਦੇ ਮਨ ਦੇ ਵਿੱਚ ਚਾਹ ਆ, ਹਾਂ ਉਹ ਇਹੀ ਸਮਝਦੇ ਵੀ ਜਿੰਨਾ ਅਸੀਂ ਕ੍ਰਿਟੀਸਾਈਜ਼ ਕਰਾਂਗੇ ਓਨਾ ਹੀ ਜ਼ਿਆਦਾ ਮਤਲਬ ਓਨੇ ਅਸੀਂ ਜ਼ਿਆਦਾ ਪਾਪੂਲਰ ਹੋ। ਤੁਸੀਂ ਧਿਆਨ ਦੇ ਨਾਲ ਇਹ ਗੱਲ ਸੋਚ ਲਓ ਵੀ ਜਿਹੜੇ ਅਰਲੀ ਏਜ ਦੇ ਵਿੱਚ ਬੱਚੇ ਹੈ ਨਾ ਘਰ ਬੱਚੇ ਆਮ ਤੌਰ ਦੇ ਉੱਤੇ ਅਟੈਨਸ਼ਨ ਸੀਕਰ ਹੁੰਦੇ ਆ, ਜਿਹੜੇ ਅਟੈਨਸ਼ਨ ਸੀਕਰ ਹੁੰਦੇ ਆ ਉਹ ਬਹੁਤ ਵੱਡੀਆਂ ਪ੍ਰੋਬਲਮਾਂ ਨੂੰ ਕ੍ਰੀਏਟ ਕਰਦੇ ਹੁੰਦੇ ਆ। ਆਮ ਤੌਰ 'ਤੇ ਪੇਰੈਂਟਸ ਦੀ ਅਟੈਨਸ਼ਨ ਲੈਣ ਦੇ ਲਈ ਬੱਚੇ ਅਟੈਨਸ਼ਨ ਲੈਣਾ ਚਾਹੁੰਦੇ ਆ, ਉਹਨਾਂ ਦੀ ਇਹ ਨੇਚਰ ਹੁੰਦੀ ਆ, ਜਦੋਂ ਪਰਿਵਾਰ ਉਹਨਾਂ ਨੂੰ ਅਟੈਨਸ਼ਨ ਦੇਣ ਲੱਗ ਪੈਂਦਾ ਬੱਚੇ ਠੀਕ ਚੱਲ ਪੈਂਦੇ ਆ, ਪਰ ਇਹ ਅਟੈਨਸ਼ਨ ਮੂਹਰੇ ਜਾ ਕੇ ਉਹਨਾਂ ਦੀ ਇੱਕ ਬਿਮਾਰੀ ਬਣ ਜਾਂਦੀ ਆ, ਉਹ ਬਿਮਾਰੀ ਏਡੀ ਵੱਡੀ ਬਣ ਜਾਂਦੀ ਆ ਜਦੋਂ ਇਹਨਾਂ ਬੱਚਿਆਂ ਦੇ ਫਿਰ ਗਾਹਾਂ ਕੋਈ ਕਾਰਜ ਹੁੰਦਾ ਜਾਂ ਵਿਆਹ ਹੁੰਦੇ ਜਾਂ ਆਪਣੀਆਂ ਫੈਮਿਲੀਆਂ ਆ ਮੂਹਰਿਓਂ ਫਿਰ ਉਹ ਅਟੈਨਸ਼ਨ ਮਿਲਦੀ ਨਹੀਂ, ਇਸ ਕਰਕੇ ਘਰਾਂ ਦੇ ਘਰ ਬ੍ਰੇਕ ਹੋ ਜਾਂਦੇ ਆ। ਸੋ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ, ਜਿਹੜੇ ਇਹ ਕ੍ਰਿਟੀਸਿਜ਼ਮ ਇੱਦਾਂ ਕਰਦੇ ਆ ਉਹਨਾਂ ਨੂੰ ਇਹ ਪੂਰਨ ਤੌਰ ਦੇ ਉੱਤੇ ਆਪਣੇ ਆਪ ਦੇ ਵਿੱਚ ਸਵੈ ਪੜਚੋਲਣੀ ਚਾਹੀਦੀ ਹੈ ਕਿ ਸਾਡਾ ਮਕਸਦ ਕੀ ਆ, ਕਿ ਸਾਡਾ ਮਕਸਦ ਆਤਮਕਤਾ ਪ੍ਰਦਾਨ ਕਰਨਾ ਅਗਲੇ ਦੇ ਹਿਰਦੇ ਨੂੰ ਆਪਣੇ ਹੋਲਡ ਕਰਾਉਣਾ ਆ ਕਿ ਆਪਣੇ ਜਿੱਦਾਂ ਕਹਿ ਦਈਏ ਕਿ ਅਸੀਂ ਆਪਣਾ ਜੋ ਬਿਲੀਵ ਕਰਦੇ ਹਾਂ ਦੂਜੇ 'ਤੇ ਠੋਸ ਕੇ ਉਹਨੂੰ ਆਪਣੇ ਮਗਰ ਲਾਉਣਾ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਗੱਲ ਕਰਾਂਗੇ ਫਿਰ ਕਿਸੇ ਦੇ ਨਾਲ ਵੀ ਸਾਡਾ ਪਰਸਨਲ ਜਿਹੜੀ ਬੈਰ ਵਿਰੋਧ ਦੀ ਭਾਵਨਾ ਉਹ ਘੱਟ ਜਾਣੀ ਆ। ਨਾਲ ਲੱਗਦਾ ਹੈ ਜਿਹੜਾ ਕਿ ਗੁਰੂ ਦਾ ਮਿਲਾਪ ਹੋਣਾ, ਗੁਰੂ ਦਾ ਮਿਲਾਪ ਕੀ ਆ, ਕਿਉਂਕਿ ਸਾਡੇ ਅੱਖ ਕੰਨ ਨੱਕ ਜਿਹੜੇ 5 ਸੈਂਸਰ ਆ ਇਹ ਅੰਦਰਲੀ ਮਤ ਦੇ ਮੁਤਾਬਕ ਕੰਮ ਕਰਦੇ ਆ ਜੋ ਸਾਡੇ ਹਿਰਦੇ ਦੇ ਵਿੱਚ ਆ। ਉਹ ਮਤ ਕਿੰਨੀ ਕੁ ਆ ਇਹ ਹਰੇਕ ਜੀਵ ਦੀ ਵੱਖਰੀ ਵੱਖਰੀ ਆ। ਗੁਰੂ ਦਾ ਆਉਣਾ ਇਹ ਹੀ ਆ ਕਿ ਇਸ ਮਤ ਦੇ ਵਿੱਚ ਵਿਵੇਕ ਭਰ ਜਾਣਾ, ਜਿਹੜਾ ਵਿਵੇਕ ਭਰਨਾ ਉਹਦੇ ਨਾਲ ਇਹ ਫਿਲਟਰ ਕੇ ਬਣ ਜਾਂਦਾ ਇੱਕ ਤਰ੍ਹਾਂ ਦਾ, ਫਿਰ ਸਾਡੇ ਅੱਖ ਕੰਨ ਨੱਕ ਜ਼ੁਬਾਨ ਸਾਡੇ ਜਿਹੜੇ 5 ਸੈਂਸਰ ਆ ਇਹਨਾਂ ਦੇ ਉੱਤੇ ਵੀ ਗਾਰਡ ਲੱਗ ਜਾਂਦੇ ਆ, ਫਿਰ ਤੁਸੀਂ ਨਿਰਮਲ ਕਰਨੀ ਕਰਨ ਲੱਗ ਪੈਂਦੇ ਆ। ਗੁਰੂ ਦਾ ਮਿਲਾਪ ਹੈਗਾ ਆ ਕਿਉਂਕਿ ਗੁਰੂ ਉਹਨੂੰ ਹੀ ਲੱਗਿਆ ਜਾਣੀਦਾ ਜਿਹਦੇ ਕਰਮ ਜਿਹੜੀ ਸ਼ੁੱਧ ਹੋਣ ਲੱਗ ਪੈਣ। ਜੇ ਅਸੀਂ ਇਹ ਕਹੀਏ ਨਾ ਸਾਨੂੰ ਗੁਰੂ ਵੀ ਮਿਲਿਆ, ਭਾਵ ਅੱਜ ਫਿਜ਼ੀਕਲ ਵਰਲਡ ਦੇ ਵਿੱਚ ਜੇ ਅਸੀਂ ਦੇਖ ਲਈਏ 5 ਕਕਾਰ ਲਏ ਖੰਡੇ ਵੱਟ ਦੀ ਪੌਲ ਲਈ ਤਾਂ ਅਸੀਂ ਕਹਿੰਦੇ ਗੁਰੂ ਵਾਲੇ ਬਣ ਗਏ, ਉਸ ਤੋਂ ਬਾਅਦ ਸਾਡੇ ਕਰਮ ਤਾਂ ਚੇਂਜ ਨਹੀਂ ਹੋਏ। ਜੇ ਚੇਂਜ ਨਹੀਂ ਹੋਏ ਫਿਰ ਕਿੱਦਾਂ ਅਸੀਂ ਗੁਰੂ ਵਾਲੇ ਬਣ? ਹਾਂ ਇਹ ਤਾਂ ਗੱਲ ਬਿਲਕੁਲ ਬਣਨ ਯੋਗ ਆ, ਕਿਉਂਕਿ ਜੇ ਹੁਣ ਫਰਜ਼ ਕਰੋ ਗੁਰੂ ਦੀ ਸਿੱਖਿਆ ਤੁਹਾਡੇ ਕਰਮਾਂ ਦੇ ਵਿੱਚ ਨਹੀਂ ਆਈ ਹੈ, ਹਾਂ ਸਾਡੇ ਇੰਪਲੀਮੈਂਟ ਐਕਸ਼ਨ 'ਚ ਆਉਣੀ ਚਾਹੀਦੀ ਹੈ, ਤਾਂ ਅਜੇ ਤੁਸੀਂ ਗੁਰੂ ਵਾਲੇ ਬਣੇ ਨਹੀਂ ਬਣੇ ਅਜੇ ਆਪਣੇ ਆਪ ਨੂੰ ਇੱਕ ਜਿੱਦਾਂ ਕਹਿ ਦਈਏ ਝੂਠੇ ਫੇਥ ਦੇ ਵਿੱਚ ਜ਼ਿੰਦਗੀ ਜੀਣ ਵਾਲੀ ਗੱਲ ਆ। ਉਹ ਸਿਰਫ ਤੁਸੀਂ ਇੱਕ ਬਾਹਰਲਾ ਦਿਖਾਵਾ ਕਰ ਲਿਆ ਜੀ ਵੀ ਅਸੀਂ ਹੁਣ ਜਾਣੀ ਕਿ ਪਹਿਰਾਵਾ ਪਾ ਲਿਆ ਆ ਜੀ ਜੀ,
ਪਰ ਆਪਣੇ ਮਨ ਨੂੰ ਧਰਵਾਸ ਦੇ ਲਿਆ ਵੀ ਹੁਣ ਮੈਂ ਗੁਰੂ ਵਾਲਾ ਬਣ ਗਿਆ ਜਾਂ ਲੋਕਾਂ ਨੂੰ ਵੀ ਦਿਸਣ ਲੱਗ ਪਿਆ। ਸੋ ਇਸੇ ਤਰੀਕੇ ਨਾਲ ਜਿਹੜੇ ਹੈ ਨਾ ਗੁਆਂਢੀ ਧਰਮਾਂ ਦੇ ਫਿਰ ਜਿਹੜੇ ਸਕੋਲਰ ਆ ਜਾਂ ਉਹ ਐਕਸਪਲੇਨਰ ਆ ਉਹ ਵੀ ਜੇ ਇਸ ਗੱਲ ਨੂੰ ਅਸੀਂ ਪ੍ਰੈਫਰੈਂਸ ਦੇਣਾ ਉਸੇ ਗੱਲ ਨੂੰ ਉਹਨਾਂ ਨੇ ਪ੍ਰੈਫਰੈਂਸ ਲੈ ਕੇ ਕਹੀ ਜਾਣਾ ਵੀ ਇਹਨਾਂ ਦਾ ਫਿਰ ਤਾਂ ਆਹ ਹੀ ਆ। ਸੋ ਜਿਹੜੇ ਗੁਆਂਢੀ ਧਰਮ ਆ ਉਹ ਵੀ ਫਿਰ ਸਾਡੇ ਪੰਜ ਕਾਰਾਂ ਨੂੰ ਹੀ ਸਿਰਫ ਕਹਿਣਗੇ ਵੀ ਆਹ ਹੀ ਇਹਨਾਂ ਦਾ ਧਰਮ ਆ। ਪੰਜ ਕਾਰਾਂ ਦੇ ਪਿੱਛੇ ਜਿਹੜੀ ਸੋਚ ਕੰਮ ਕਰਦੀ ਆ ਉਹ ਕੀ ਆ ਉਹਦੇ ਬਾਰੇ ਉਹਨਾਂ ਨੇ ਗੱਲ ਹੀ ਨਹੀਂ ਕਰਨੀ, ਕਰਕੇ ਉਹਨਾਂ ਨੂੰ ਪਤਾ ਵੀ ਜੇ ਉਸ ਸੋਚ ਦੀ ਗੱਲ ਕਰਨ ਲੱਗੇ ਫਿਰ ਤਾਂ ਸਾਰੀ ਮਨੁੱਖਤਾ ਦਾ ਕਲਿਆਣ ਹੋਣਾ ਵੀ ਜਿਹੜੇ ਸਾਡੇ ਮਤਲਬ ਸੁਣਨ ਵਾਲੇ ਆ ਫਿਰ ਉਹਨਾਂ ਨੇ ਵੀ ਉਦੋਂ ਤੁਰ ਪੈਣਾ ਕਹਿਣਾ ਪਿਆ ਉਹ ਤਾਂ ਵਧੀਆ ਗੱਲ ਆ। ਉਹ ਤਾਂ ਇੱਦਾਂ ਹੀ ਹੈ ਜਿੱਦਾਂ ਨਾ ਕਿਸੇ ਦਰੱਖਤ ਨੂੰ ਤੁਸੀਂ ਉਹਦੇ ਪੱਤਿਆਂ ਬਾਰੇ ਦੱਸਦੇ ਹੋ ਹਾਂ, ਪਰ ਉਹ ਦਰੱਖਤ ਦਾ ਰੂਟ ਕੀ ਆ, ਜੜ੍ਹਾਂ ਕੀ ਆ, ਉਹਦਾ ਬੇਸ ਕੀ ਆ, ਉਹਦੇ ਖੜਾ ਕਿੱਥੇ ਆ। ਸੋ ਇਸ ਕਰਕੇ ਜਿਹੜਾ ਗੁਰੂ ਦਾ ਮਿਲਾਪ ਆ, ਗੁਰੂ ਦਾ ਮਿਲਾਪ ਹੋਣਾ ਰੱਬ ਦਾ ਮਿਲਾਪ ਹੋ ਜਾਣਾ ਆ, ਪਰਮਾਤਮਾ ਦਾ ਅਨੁਭਵ ਹੋ ਜਾਣਾ ਆ। ਭਾਵ ਜਿੱਦਣ ਗੁਰੂ ਮਹਾਰਾਜ ਜੀ ਦਾ ਇੱਕ ਵਚਨ ਆ, ਆਪਾਂ ਓਲਵੇਜ਼ ਇਹ ਆਪਣੇ ਪ੍ਰੋਗਰਾਮਾਂ 'ਚ ਕਹੀਦਾ ਕਿ ਜਦੋਂ ਅਸੀਂ ਗੁਰੂ ਦੇ ਨੇੜੇ ਜਾਈਏ, ਗੁਰੂ ਦੇ ਨੇੜੇ ਜਾਣ ਦਾ ਸਾਡੇ 'ਤੇ ਪ੍ਰਭਾਵ ਇਹ ਹੋਣਾ ਚਾਹੀਦਾ ਵੀ ਜੇ ਸਾਡਾ ਮੱਥਾ ਗੁਰੂ ਦੇ ਅੱਗੇ ਟੇਕਿਆ ਤਾਂ ਫਿਰ ਟੈਕ ਜਾਵੇ, ਫਿਰ ਗੁਰੂ ਦੇ ਅਨੁਸਾਰ ਹੀ ਹੋ ਜਾਵੇ। ਭਾਵ ਜੇ ਨਹੀਂ ਹੋਇਆ ਤਾਂ ਫਿਰ ਸਾਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਗੁਰੂ ਦਾ ਮਿਲਾਪ ਨਹੀਂ ਹੋਇਆ। ਗੁਰੂ ਦਾ ਮਿਲਾਪ ਹੋਣਾ ਇਹ ਹੀ ਆ ਕਿ ਜਦੋਂ ਗੁਰੂ ਦੇ ਕੋਲ ਚੱਲ ਗਿਆ ਹੁਣ ਆਪਣੀ ਅਗਿਆਨਤਾ ਛੱਡ ਦਈਏ। ਜਿਹੜਾ ਪੈਰ ਸਟੈਪ ਚੱਕਿਆ ਸੀਗਾ ਮੁੜ ਕੇ ਜੇ ਉੱਥੇ ਹੈਗਾ ਇਹਦਾ ਮਤਲਬ ਅਜੇ ਗੁਰੂ ਨਹੀਂ ਮਿਲਿਆ, ਅਜੇ ਗੁਰੂ ਵੱਲ ਨੂੰ ਪੈਰ ਪੱਟਿਆ ਸੀ ਉਹੀ ਪੈਰ ਪੱਟ ਕੇ ਮੁੜ ਕੇ ਫਿਰ ਲੈ ਜਾਂਦਾ ਵਾਪਸ। ਸੋ ਸਾਨੂੰ ਮੇਨ ਜਿਹੜਾ ਅਕੀਦਾ ਆਪਣਾ ਇੱਥੇ ਰੱਖਣਾ ਚਾਹੀਦਾ ਵੀ ਗੁਰੂ ਦਾ ਮਿਲਾਪ ਹੈਗਾ ਆ ਸੱਚੇ ਨਾਮ ਦੀ ਪ੍ਰਾਪਤੀ। ਸੱਚੇ ਨਾਮ ਦੀ ਪ੍ਰਾਪਤੀ ਤਾਂ ਹੋਊਗੀ ਜੇ ਗੁਰੂ ਸ਼ਬਦ ਦੇ ਅਨੁਸਾਰ ਆਪਣੀ ਸੁਰਤ ਮਤ ਮਨ ਬੋਧ ਦਾ ਪੂਰਨ ਤੌਰ 'ਤੇ ਟ੍ਰੀਟਮੈਂਟ ਕਰਾਂਗੇ। ਹੁਣ ਜਿਹੜੇ ਨਕਲੀ ਗੁਰੂ ਬੈਠੇ ਆ, ਹਾਂਜੀ, ਉਹਨਾਂ ਬਾਰੇ ਕੀ ਤੁਸੀਂ ਸੋਚਦੇ ਹੋ? ਉਹ ਅਧੂਰੀ ਮਤ ਆ ਕਿਉਂਕਿ ਅਸਲ ਦੇ ਨਾਲ ਨਕਲ ਮੁੱਢ ਤੋਂ ਆਈ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਜਦੋਂ ਸੰਸਾਰ ਦੀ ਐਗਜ਼ਿਸਟੈਂਸ ਦੇਖਦੇ ਆ ਤੁਹਾਨੂੰ ਪਤਾ ਵੀ ਅਸਲ ਦੇ ਨਾਲ ਨਕਲ ਹੁੰਦੀ ਆ, ਰਿਐਲਿਟੀ ਦਾ ਰਿਫਲੈਕਸ਼ਨ ਹੁੰਦਾ। ਇਸੇ ਤਰੀਕੇ ਨਾਲ ਜਦੋਂ ਗੁਰੂ ਸਰੀਰਕ ਤੌਰ ਦੇ ਉੱਤੇ ਗੁਰੂ ਸਾਹਿਬ ਰਹੇ ਆ ਉਹਨਾਂ ਦੇ ਬਰਾਬਰ ਸਰੀਰ ਵੀ ਸਿਰਜਣਾ ਹੁੰਦੀ ਰਹੀ ਆ, ਭਾਵ ਧੀਰ ਮੱਲੀਏ ਲਾ ਲਓ ਜਾਂ ਉਹ ਤੋਂ ਅੱਗੇ ਆ ਕੇ ਮੀਣੇ ਮਸੰਦ ਲਾ ਲਓ ਜਾਂ ਪਿਰਥੀ ਚੰਦੀਏ ਲਾ ਲਓ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਰਾਬਰ, ਠੀਕ ਹੈ। ਪਰ ਗੁਰਬਾਣੀ ਦੇ ਵਿੱਚ ਇਹ ਸਾਨੂੰ ਪੂਰੇ ਐਵੀਡੈਂਸ ਮਿਲ ਜਾਂਦੇ ਕਿ ਪੁੱਤਰੀ ਕੌਲ ਨਾ ਪਾਲਿਓ, ਫਿਰ ਪੁੱਤਰਾਂ ਨੇ ਕੌਲ ਨਹੀਂ ਪਾਲਿਆ। ਪੁੱਤਰਾਂ ਨੇ ਤਾਂ ਆਪਾਂ ਨਾ ਪਿਤਾ ਸਮਝ ਕੇ ਗੁਰੂ ਨਾਨਕ ਦੇਵ ਜੀ ਨੂੰ ਕਹੀ ਗਏ ਆ, ਉਹਨਾਂ ਨੇ ਉਹਨੂੰ ਗੁਰੂ ਰੂਪ 'ਚ ਨਹੀਂ ਦੇਖਿਆ। ਜਿਹਨੇ ਗੁਰੂ ਰੂਪ 'ਚ ਦੇਖਿਆ ਉਹਦੀ ਹੀ ਪ੍ਰਾਪਤੀ ਹੋਈ ਆ। ਭਾਵ ਇਸ ਤਰੀਕੇ ਨਾਲ ਸਾਨੂੰ ਇਹ ਗੱਲ ਕਹਿ ਦੇਣੀ ਚਾਹੀਦੀ ਆ ਕਿ ਜਿਹੜੇ ਦੇਹਧਾਰੀ ਆਪਣੇ ਆਪ ਨੂੰ ਗੁਰੂ ਸਮਝ ਰਹੇ ਆ ਇਹ ਉਹਨਾਂ ਦੀ ਇੱਕ ਬਹੁਤ ਵੱਡੀ ਅਗਿਆਨਤਾ ਆ, ਅਸਲ ਦੇ ਨਾਲ ਨਕਲ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਗ੍ਰੰਥ ਨਹੀਂ ਹੋ ਸਕਦਾ ਸਿੱਖ ਦੇ ਫੇਥ ਮੁਤਾਬਕ। ਜੇ ਇੱਦਾਂ ਹੋ ਰਿਹਾ ਫਿਰ ਸਾਡੀ ਅਗਿਆਨਤਾ ਆ, ਅਗਿਆਨਤਾ ਤੋਂ ਛੁੱਟ ਹੋਰ ਕੁਛ ਵੀ ਨਹੀਂ ਗਾ। ਠੀਕ ਹੈ, ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੈ ਅਤੇ ਅੰਤ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਸੰਗਤ ਟੈਲੀਵਿਜ਼ਨ ਦੀ ਅਪੀਲ ਚੱਲ ਰਹੀ ਹੈ ਉਸ ਦੇ ਵਿੱਚ ਆਪਣਾ ਜ਼ਰੂਰ ਯੋਗਦਾਨ ਪਾਓ, ਕੁਛ ਨਾ ਕੁਛ ਆਪਣੇ ਦਸਵੰਧ ਦਾ ਹਿੱਸਾ ਜ਼ਰੂਰ ਭੇਟ ਕਰਕੇ ਤੁਸੀਂ ਇਸ ਸੰਸਥਾ ਨੂੰ ਆਪਣੇ ਪੈਰਾਂ ਦੇ ਉੱਤੇ ਖੜੀ ਕਰੋ ਤਾਂ ਕਿ ਇਹ ਆਪਣਾ ਜਿਹੜਾ ਕੰਮ ਆ ਨਿਰਵਿਘਨਤਾ ਸਹਿਤ ਕਰਦੀ ਜਾਵੇ। ਬਿਲਕੁਲ, ਜਿਸ ਤਰੀਕੇ ਨਾਲ ਆਪਾਂ ਅੱਗੇ ਵੀ ਗੱਲਬਾਤ ਕਰਦੇ ਹੁੰਦੇ ਹਾਂ ਕਿ ਜਿਹੜੇ ਬੈੱਲ ਬੱਤੀਆਂ ਆ ਜਾਂ ਇਹਨਾਂ ਦੇ ਜਿਹੜੇ ਫਿਜ਼ੀਕਲ ਖਰਚੇ ਆ ਉਹ ਤਕਰੀਬਨ ਜਿਹੜੇ ਪੈਸੇ ਦਾ ਕੰਮ ਆ ਉਹ ਪੈਸੇ ਨਾਲ, ਜਿਹੜਾ ਮਾਇਆ ਦਾ ਕੰਮ ਆ ਉਹ ਮਾਇਆ ਨਾਲ ਹੀ ਹੋਣਾ। ਇਸ ਤਰੀਕੇ ਨਾਲ ਆਪਣੀ ਸੰਗਤ ਦਾ ਇਹ ਫਰਜ਼ ਬਣ ਜਾਂਦਾ ਵੀ ਕਿਉਂਕਿ ਸੰਗਤ ਟਰੱਸਟ ਸੰਗਤਾਂ ਦਾ ਆ। ਸੋ ਇਸ ਕਰਕੇ ਜਿੰਨਾ ਵੀ ਆਪਣੀ ਤਿਲ ਫੁੱਲ ਹੈ ਉਹ ਜ਼ਰੂਰ ਆਪਣੇ ਸੰਗਤ ਟਰੱਸਟ ਦੇ ਵਿੱਚ ਆਪਣਾ ਯੋਗਦਾਨ ਪਾਓ ਤਾਂ ਕਿ ਗੁਰਬਾਣੀ ਦਾ ਪ੍ਰਵਾਹ ਇਸੇ ਤਰ੍ਹਾਂ ਨਾਲ ਚੱਲਦਾ ਰਹੇ। ਸੋ ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।